ਤੁਸੀਂ ਉਹ ਬਲਜੀਤ ਆ ਕਿਵੇਂ ਸੋ ਗਈ ਦੀ ਹੋਰ ਮੈਂ ਤਾਂ ਕੰਮ ਕੁਮ ਕਰਕੇ ਨਾ ਵਿਲੇ ਹੋ ਕੇ ਪੈ ਗਈ ਮੜੇ ਮੇਰੀ ਅੱਖ ਲੱਗ ਗਈ ਨਾ ਤੁਸੀਂ ਕਿਵੇਂ ਚੋਰਾਂ ਵਾਂਗੂ ਆ ਗਏ ਉਹ ਮੈਨੂੰ ਆਏ ਸੀ ਮਹ ਬਜਰੀ ਰਾਮ ਕਰਨ ਲੱਗ ਰਹੀ ਐ ਕਾਹਨੂੰ ਤੰਗ ਕਰਨਾ ਇਹਨੂੰ ਚਰੀ ਚਰੀ ਆ ਕੇ ਛੇੜਨ ਲੱਗ ਗਈ ਉਹ ਅੱਖਾਂ ਤਾਂ ਬੰਦ ਕਰ ਕੀ ਹੋ ਗਿਆ ਉਹ ਕਰਤਾ ਮੈਂ ਅੱਖਾਂ ਬੰਦ ਕਰਕੇ ਤਾਂ ਹੁਣ ਉੱਠੀ ਆ ਲੈ ਦੱਸ ਉਹ ਤੂੰ ਤਾਂ ਯਾਰ ਮੇਰਾ ਮੂਹੜੇ ਚੇਂਜ ਕਰਤਾ ਕੀ ਹੋ ਗਿਆ ਦੱਸ ਤਾਂ ਦੋ ਓਏ ਤੂੰ ਅੱਖਾਂ ਤਾਂ ਬੰਦ ਕਰ ਆ ਹੱਥ ਇੱਧਰ ਕਰ ਲੈ ਹੁਣ ਦੇਖ ਦੇਖ ਤੇਰੇ ਵਾਸਤੇ ਮੈਂ ਕੀ ਲਿਆ ਟੋਪਸ ਹਾਂ ਹਾਂ ਹਾਈ ਇਹ ਕਿੱਥੇ ਲਿਆ ਉਹ ਤੇਰੇ ਵਾਸਤੇ ਬਣਵਾਉਣ ਵਾਸਤੇ ਦਿੱਤੇ ਹੋਏ ਸੀ ਆ ਮੈਂ ਕਈ ਦਿਨਾਂ ਦਾ ਦੇਖੀ ਜਾਂਦਾ ਆ ਸੁੰਨੇ ਕੰਨ ਲੈ ਕੇ ਤੂੰ ਆਈ ਫਰੀ ਜਾਂਦੀ ਹੈ ਮਹਾ ਚੱਲ ਮੋਰਨੀ ਵਾਸਤੇ ਟੋਪਸੀ ਲਿਆਈਏ ਮੈਂ ਇੱਕ ਦਿਨ ਸੋਚਦੀ ਸੀ ਮੈਂ ਕਿਹਾ ਲੋਕਾਂ ਦੇ ਬੰਦੇ ਨੇ ਨਾ ਜਨਾਨੀਆਂ ਨੇ ਇੰਨਾ ਇੰਨਾ ਕੁਛ ਬਣਾ ਕੇ ਦਿੰਦੇ ਨੇ ਪਰ ਫਿਰ ਮੈਂ ਇਹ ਸੋਚਦੀ ਸੀ ਵੀ ਚੱਲ ਕਿਤੇ ਹਾੜੀ ਸੋਹਣੀ ਦੇਖਾਂਗੇ ਉਹ ਤੇਰੇ ਦਿਲਾਂ ਦੀ ਜਾਣਦਾ ਮੈਂ ਓ ਚਾਚਾ ਆਇਆ ਖੇ ਚੱਲੀਏ ਆਇਆ ਖੇ ਚੱਲੀਏ ਓਏ ਆਏ ਓਏ ਇਹ ਕਿੱਥੋਂ ਆ ਗਿਆ ਓਏ ਆ ਜਾ ਜੰਦਰ ਲੰਗਿਆ ਇਹ ਆ ਗਿਆ ਕਬਾਬ ਚ ਹੱਡੀ ਆ ਨਹੀਂ ਪਤਾ ਕਦੋਂ ਆਣ ਟੱਪਕੇ ਓ ਬਲਜੀਤ ਹਾਂਜੀ ਓਏ ਆ ਚਾਹ ਧਰ ਲੈ ਯਾਰ ਪੀ ਕੇ ਘੁੱਟ ਚਾਹ ਦੀ ਖੇਰ ਨੂੰ ਚੱਲੀਏ ਓ ਚਾਚੀ ਚਾਹ ਨੂੰ ਤਾਂ ਰਹਿਣ ਦੇ ਗਰਮੀ ਬੜੀ ਹੋ ਰਹੀ ਆ ਤੂੰ ਲੱਸੀ ਰਿੜਕੇ ਜੇ ਲਿਆ ਦੇ ਦੋ ਗਲਾਸ ਹਾਂ ਲੱਸੀ ਲੈ ਮੇਰਾ ਚਾਚਾ ਪੀ ਲੂ ਓਏ ਮੈਂ ਤਾਂ ਪੀ ਲਈ ਬੁੱਧੀ ਜਾ ਇਹਦਾ ਪਹਿਲਾਂ ਕੌਲਾ ਭਰ ਕੇ ਪੀ ਕੇ ਗਿਆ ਸਵੇਰੀ ਆਜਾ ਓਏ ਐਂ ਦੱਸ ਮੈਨੂੰ ਉਹ ਰਾਤ ਪਾਣੀ ਛੱਡ ਕੇ ਆਇਆ ਦੀ ਮੈਂ ਖਿੱਚ ਜਾ ਕੇ ਆਇਆ ਤੂੰ ਓਏ ਲਾਇਆ ਚਾਚਾ ਕਰਿਆ ਦੀ ਮੈਂ ਥੱਲੜੇ ਬਾਣਾ ਚ ਨੱਕਾ ਓਏ ਉਹ ਜੋਰੇ ਕੇ ਦੇਖ ਲਾਂ ਨਾ ਕਈ ਵਾਰ ਆਹ ਚੂਹੇ ਬਾਲੇ ਹੋ ਰਹੇ ਨੇ ਉਹ ਚੂਹਿਆਂ ਨੂੰ ਤਾਂ ਮੈਂ ਦਵਾਓ ਦਵਾਈ ਪਾਤੀ ਮੰਨੂ ਦੀ ਪਾਤੀ ਹਾਂ ਸਾਰੇ ਮਾਰਤੇ ਚੱਲ ਵਧੀਆ ਕੱਦੂ ਕਰਤਾ ਨਾ ਤਾਂ ਹੋਰ ਆ ਜੋਰੇ ਦਾ ਧਿਆਨ ਰੱਖਣਾ ਪੈਂਦਾ ਯਾਰ ਜਿੰਦਰਾ ਰੋਟੀ ਰੋਟੀ ਖਾਣੀ ਹੈ ਹਾਂ ਚਾਚੀ ਬਣਾ ਰੱਖੀ ਆ ਹੋਰ ਹਾਂ ਬਣਾਤੀ ਕੋਈ ਨਾ ਖੇਤ ਖਾ ਲਾਂਗੇ ਪਾ ਚੱਲ ਐ ਕਰ ਆਏ ਤਾਂ ਫਿਰ ਬੰਨੀ ਵੀ ਰੋਟੀ ਜੇ ਖੇਤ ਖਾਣੀ ਹੈ ਤਾਂ ਚੱਲ ਠੀਕ ਹੈ ਹੋਰ ਲੈਣੀ ਹੈ ਬਸ ਚੱਲ ਫਿਰ ਚੱਲੀਏ ਮੈਂ ਤਾਂ ਕਦੀ ਸੋਚੀ ਨਹੀਂ ਸੀ ਵੀ ਇਹਨਾਂ ਦਾ ਵੀ ਦਿਮਾਗ ਇੰਨਾ ਕੰਮ ਕਰ ਜੂਗਾ ਬਟ ਡਿਜ਼ਾਈਨ ਵੀ ਕਿੰਨਾ ਸੋਹਣਾ ਲੈ ਨੇ ਬਣਾ ਕੇ ਹੈ ਚੱਲ ਰੱਖ ਦੀਆਂ ਸਾਂਭ ਕੇ ਨਾਲ ਕੰਮ ਕੁੰਮ ਕਰ ਲਾ ਫਿਰ ਨਾ ਧੋ ਕੇ ਪਾਉਂਗੀ ਮੇਰੇ ਸਾਲਕਣੇ ਦਾ ਖਵਾਵਾਂ ਮੁਰਗੇ ਮੈਂ ਉਹ ਚਾਚੇ ਖਵਾ ਜਾ ਕੇ ਉਹਨੂੰ ਕਰਦਾ ਵਾ ਉਹ ਪਹਿਲੀ ਖਰਚੇ ਬਹੁਤ ਵੱਧ ਰਹੇ ਨੇ ਐਂ ਦੱਸ ਮੈਨੂੰ ਉਹ ਉੱਪਰਲੇ ਗਿੱਲੇ ਚ ਪਾਣੀ ਦੇਖਿਆ ਇਹਦੀ ਓਏ ਚਾਚੇ ਦੇਖ ਆਇਆ ਮੀਂਹ ਪੈ ਗਿਆ ਸਾਰੀਆਂ ਬੱਟਾ ਬੁੱਟਾ ਡੱਕ ਗਈਆਂ ਫੁੱਲ ਬਰਾਬਰ ਹੋ ਗਿਆ ਪਾਣੀ ਬਰਾਬਰ ਠੀਕ ਹੈ ਠੀਕ ਹੈ ਉਹ ਚਾਚੇ ਤੈਨੂੰ 1000 ਰੁਪਏ ਨੂੰ ਕਿਹਾ ਸੀ ਨਾਲੇ ਤੂੰ ਤਾਂ ਨਹੀਂ ਮੀਟ ਖਵਾਉਂਦਾ ਮੈਨੂੰ ਯਾਰ ਐਂ ਕਰ ਮੈਂ ਤੇਰੀ ਚਾਚੀ ਨੂੰ ਕਹਿ ਕੇ ਆਇਆ ਸੀ ਵੀ ਜਿੰਦਰ ਆਊਗਾ ਉਹਨੂੰ ਪੈਸੇ ਦੇਣੇ ਨੇ ਆਪਾਂ ਨੇ ਤੂੰ ਜਾ ਐਂ ਕਰ ਸ਼ੇਰ ਤੂੰ ਜਾ ਕੇ ਫੜ ਲੈ ਪੈਸੇ ਠੀਕ ਹੈ ਚਾਚੇ ਉਹ ਮੈਨੂੰ ਐਂ ਤਾਂ ਦੱਸ ਜਾ ਤੂੰ ਪੈਸੇ ਨਾ ਕਰੇਗਾ ਕੀ ਬਤੰਦਰਾ ਚਾਚੇ ਅੱਜ ਪਾਰਟੀ ਕਰਾਂਗੇ ਅਸੀਂ ਸੀਰੀ ਸੀਰੀ ਓਹੋ ਚੱਲ ਚੰਗਾ ਜਾ ਜਲ ਬਲੇ ਵਗਲੇ ਕਈ ਫੜ ਲੈ ਠੀਕ ਹੈ ਇਹ ਵੀ ਬਤੰਦਰ ਮਨ ਮੋਜੀ ਕੱਪੜੇ ਲਾਇਆ
ਚੱਲ ਆਉਂ ਹਾਂ ਕੀ ਕਰਾਂਗੀ ਗਾ ਸਾਰੇ ਪੁਰਾਣੇ ਰਵਾਜਾਂ ਵਿੱਚ ਕੀ ਕਰਦਾ ਨਾ ਕੋਈ ਚੱਜਦਾ ਸੂਟਾਂ ਦੇ ਖਿਆਲ ਚ ਮੈਂ ਤਾਂ ਟੌਪ ਸੀ ਭੁੱਲ ਗਈ ਸਾਹਮਣੇ ਮੈਂ ਤਾਂ ਉੱਥੇ ਧਰ ਕੇ ਭੁੱਲ ਗਈ ਫਰਿੱਜ ਤੇ बनवा के लिया के दिते ने छित्तर पैण गए हुण मेरे हुण की करां इत्थे कोई रह गया किधर जा सकदा है दुखाती अपनी औकात सीरी वाली पैसे चक के ले गया इथों एक तां ले गया भी एक का कड़ा पता लगना है दिल घटी जाता इन्नी महंगी चीज कहूंगा मैं तो मसा बना के हिंदी सीखने वाले तो बीपी घट गया मंजे ते जावा बलजीत तू सारा दिन पई रहनी है बड़ा मोटा काम तम कर लिया कर आ बेली मंजे तोड़ी जानी है काम करके तो बहनी है मैं चक्कर आई जाते मेरा बीपी लो होया पे ओए होए मेरी लाडो राणी ने चक्कर आ रहे हैं की हो गया मेरा बीपी लो हो गया ਲੈ ਫਿਰ ਦਵਾਈ ਦੇ ਦਾਂ ਲੈ ਸਰ ਘੁੱਟਾਂ ਤੇਰਾ ਹੈ ਕੀ ਹੋ ਗਿਆ ਮੇਰੀ ਗੱਲ ਸੁਣੋ ਹਾਂ ਮੈਂ ਕੁਝ ਦੱਸਣਾ ਸੀ ਤੁਹਾਨੂੰ ਦੱਸਣਾ ਸੀ ਗੁੱਸੇ ਤਾਂ ਨਹੀਂ ਹੁੰਦੇ ਲੈ ਤੇਰੀ ਗੱਲ ਤਾਂ ਪਹਿਲਾਂ ਮੈਂ ਕਦੇ ਗੁੱਸਾ ਕਰਿਆ ਕੋਈ ਦੱਸ ਕੀ ਗੱਲ ਹੈ ਇੱਕ ਟੌਪ ਸੁੱਕ ਹੋ ਗਿਆ ਕੀ ਟੌਪ ਸੁੱਕ ਹੋ ਗਿਆ ਹਾਂ ਐ ਕਿਵੇਂ ਖੋ ਗਿਆ ਮੈਂ ਨਾ ਭੁੱਲ ਗਈ ਸੀ ਅੰਦਰ ਰੱਖਣੇ ਅਲਮਾਰੀ 'ਚ मैं क्या चल मैं फ्रिज ते रखते मैं कपड़े धोन लग गई मैं चल मैं पाने नहानू के हमने मैं काम कर लग गई वो तेन पता है आ हड बेल बेल के आ मैं चार पैसे कट्ठे करके तेन आ लिया के दिते थे भी चल बेचारी खुश हो जूगी भी आ सुन्ने कन्नी फिर है पर तू तू मेरे साले दी इसे लायक है फिर मैं कड़ा हूँ जान के खोया मेरी गल सुनो हाँ मैनू तो ए लगता भी सीरी ने चक्या ओए तू आप दी गलती है वो जिंदर दे उदे नो तर लगी तू मेरी गल सुनो वो आए सी पैसे लैन तुसी भेजे सी ना हाँ वो प्याजा वाली टोकरी थले रख दे मैं फ्रिज ते ही मैं रखे सी ओए मेरे सालकने दी है उथी पिया होगा वो देख लै तू माड़ा मोटा मैं देख ले सारे कितने देख लिया मैं और एक नू कड़ा पैर लग गए भी एक पैर है एक भज गया उथो गल सुन लै तू बलजीत मेरी कोई गल नहीं जे टॉप्स खोए गए फिर की है दोबारे बन जाएंगे पर वो हीरे वर्गा बंदा है तेनू तो आपकी गलती ओते थोपण का कोई अधिकार नहीं है क्या मेरे साले दी मनना ना मनना थोड़ी मर्जी है पर चक्या हो नहीं है और कोई नहीं चक सकता टॉप्स उतो होर तो कोई आया भी नहीं हूं ना मैं स्कीम लानी पैनी है कोई हूँ घ्यो सीधी उंगली ना ही टेढ़ी ना ही क्ढना पौ जे ना सीरी चो निकलिया ना तो कह दी तेनू वो ते रब वर्गा यकीन है ना तेनू मैं दिखाई फिर पैंतरा ओ चाचा आया खेल चलिए घरे नहीं है कि डिड़ पै गया
ਜੜਬੇ ਕੀ ਕੀ ਕਰਨ ਵਗਿਆ ਉਹ ਮੈਨੂੰ ਜੀ ਰੇਹ ਦਾ ਪਤਾ ਕਰਨ ਗਿਆ ਕਹਿੰਦਾ ਸੀ ਰੇਹ ਲਿਉਣ ਵਾਲੀ ਆ ਜਾ ਬਹਿ ਜਾ ਚੌਲ ਦਾ ਮੇਲੇ ਨੇ ਬੰਦ ਗਰਮੀ ਬੜੀ ਹੋ ਰਹੀ ਹੈ ਹੋਰ ਬਹਿ ਜਾ ਉਹ ਵਾਹ ਨਿੰਮ ਜੀ ਤਾਂ ਮੌਜਾਂ ਛਾ ਰਹੀਆਂ ਨਾਲੇ ਹੋਰ ਸਾਰਾ ਦਿਨ ਅਸੀਂ ਤਾਂ ਇੰਨੀ ਕਿ ਥਾਂ 'ਚ ਹੀ ਬੈਠੇ ਰਹਿੰਦੇ ਆ ਚੱਲ ਵਧੀਆ ਹੋਰ ਸੁਣਾ ਫਿਰ ਤੂੰ ਤੇਰਾ ਵਿਆਹ ਵੀ ਹੋਇਆ ਕਿ ਨਹੀਂ ਕਿੱਥੇ ਚਾਚੀ ਤੈਨੂੰ ਪਤਾ ਤਾਂ ਹੈਗਾ ਨਾ ਮੇਰੇ ਅੱਗੇ ਨਾ ਪਿੱਛੇ ਮੈਨੂੰ ਕੌਣ ਡੋਲੋ ਦੇਣ ਵਾਲਾ ਲੈ ਮੈਂ ਹੈਗੀ ਹਾਂ ਫਿਕਰ ਕਿਉਂ ਕਰਦਾ ਤੂੰ ਤੇਰਾ ਵਿਆਹ ਵੀ ਕਰਾ ਦੇਵਾਂਗੀ ਅੱਛਾ ਹਾਂ ਕਰਾ ਦੇ ਫਿਰ ਕੋਈ ਕਰਾ ਦੇਵਾਂਗੀ ਯਾਰ ਦੇਖੀ ਸੋਹਣੀ ਜੀ ਅੱਛਾ ਹੋਰ ਬਥੇਰਾ ਟਾਈਮ ਹੋ ਗਿਆ ਨਾ ਮੈਨੂੰ ਤਾਂ ਇਹ ਲੱਗਦਾ ਜੀ ਮੇਰੀ ਸਾਰੀ ਜਵਾਨੀ ਹੀ ਲੰਘ ਜੂ ਐਂ ਤੇਰੀ ਜਵਾਨੀ ਕਿਵੇਂ ਲੰਘ ਜੇਗੀ ਐਂ ਨਹੀਂ ਤੇਰੀ ਜਵਾਨੀ ਲੰਘਣ ਦਿੰਦੇ ਨਾ ਜੱਚੀ ਕਈ ਕੀ ਕਰੀ ਜਾਂਦੀ ਤੂੰ ਹੈਂ ਡਰਦਾ ਕਾ ਤੂੰ ਨਾ ਨਾ ਮੈਂ ਚੱਲਿਆ ਚੰਗਾ ਖੇਤ ਜਾਂਦਾ ਮੈਂ ਕੋਈ ਨਹੀਂ ਟੌਪਸ ਕੱਢਣੇ ਨੇ ਤੇਰੇ 'ਚ ਤੂੰ ਤਾਂ ਐਂ ਬੋਲੇਗਾ ਜਿਵੇਂ ਸਾਧ ਪੁੱਛਿਆ ਦਿੰਦਾ ਦੇਖਦਾ ਜਾ ਤੂੰ ਮੈਨੂੰ ਚਾਚੀ ਦੀਆਂ ਹਰਕਤਾਂ ਠੀਕ ਨਹੀਂ ਲੱਗਦੀਆਂ ਵੀ ਆ ਨਾ ਤਾਂ ਹੁਣ ਮੈਂ ਚਾਚੇ ਨੂੰ ਦੱਸਣ ਜੋਗਰ ਜੇ ਚਾਚੀ ਐਂ ਕਰਦੀ ਆ ਕਰਾਂ ਤਾਂ ਕਰਾਂ ਮੈਂ ਕੀ ਹੋਣਾ ਇੰਨਾ ਚਿਰ ਮੈਂ ਇਹਨਾਂ ਦਾ ਅੰਨ ਪਾਣੀ ਖਾਧਾ ਬੇਮਾਨੀ ਤਾਂ ਮੈਂ ਕਰ ਨਹੀਂ ਸਕਦਾ ਚੱਲ ਇਹਨਾਂ ਨਾਲ ਮੈਨੂੰ ਸਿਰ ਛੱਡਣੀ ਪਊਗਾ ਮੈਨੂੰ ਲੱਗਦਾ ਚੱਲ ਕਰਦਾ ਚਾਚੇ ਨਾਲ ਗੱਲ ਜਾ ਕੇ ਅੱਜ ਤਾਂ ਮੜੀ ਜੀ ਹਵਾ ਛੱਡ ਕੇ ਰੱਬ ਨੇ ਰੌਣਕਾਂ ਜਿਹਾ ਨਜ਼ਾਰਾ ਲਿਆਤਾ ਲੈ ਆ ਕੱਖ ਵੱਢਣ ਵਾਲੇ ਪਏ ਤੇ ਇੱਕ ਅੱਜ ਅੰਦਰ ਪਤਾ ਨਹੀਂ ਕਿੱਥੇ ਰਹਿ ਗਿਆ ਧਨੂਕਾ ਨਾ ਅੱਜ ਸਵੇਰੇ ਘਰ ਆਇਆ ਲੈ ਆ ਗਿਆ ਉਹ ਜਿੰਦਰਾ ਉਹ ਹੋ ਗਿਆ ਤੇਰਾ ਟਾਈਮ ਆਉਣ ਦਾ ਉਹ ਕਿੱਥੇ ਰਹਿ ਗਿਆ ਜੀ ਉਹ ਤੂੰ ਚਾਚੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਉਹ ਲੈ ਉਹ ਬਹਿ ਜਾ ਗੱਲਾਂ ਇੱਕ ਛੱਡ ਤੂੰ ਦੋ ਕਰ ਉਹ ਬਹਿ ਜਾ ਦੇਖ ਚਾਚੇ ਆਪਣੇ ਨਾਲ ਜਿੰਨੀ ਨਿਭਗੀ ਠੀਕ ਆ ਤੂੰ ਆਪਦਾ ਕੋਈ ਹੋਰ ਬੰਦਾ ਕਰ ਲਾ ਹੁਣ ਮੈਥੋਂ ਨਹੀਂ ਆ ਜਾਂਦਾ ਤੇਰੇ ਨਾਲ ਕੰਮ ਤੇ ਆਉਣਾ ਓਏ ਮੈਨੂੰ ਲੱਗਦਾ ਕਮਲੇ ਅੱਜ ਤੂੰ ਦਿਨੀ ਚੜ੍ਹੀ ਫਿਰਦਾ ਓਏ ਦੇਖ ਇੱਧਰ ਨੂੰ ਕਰੀ ਫੂਕ ਮਾਰੀ ਉਹ ਨਹੀਂ ਚਾਚਾ ਦਾਰੂ ਤਾਂ ਪੀਤੀ ਨਹੀਂ ਹੋਈ ਉਹ ਕਿਹੋ ਜਿਹਾ ਕਮਲੀਆਂ ਗਿੱਲੀਆਂ ਕਰਦਾ ਤੂੰ ਉਹ ਬਹਿ ਜਾ ਪੁੱਤ ਬਹਿ ਜਾ ਬਹਿ ਜਾ ਨਹੀਂ ਚਾਚਾ ਕੋਈ ਗੱਲ ਨਹੀਂ ਮੈਂ ਬੜਾ ਲੂ ਤੇਰੇ ਨਾਲ ਕੱਖ ਤੂੰ ਕੰਮ ਤੋਂ ਨਾ ਟਲ ਬਹਿ ਜਾ ਚਾਚਾ ਮੈਂ ਕੰਮ ਤੋਂ ਟਲਦਾ ਦੇਖ ਆਪਣੇ ਕਿੰਨਾ ਚਿਰ ਸਿਰ ਰਹਿ ਗਿਆ ਬਸ ਮੈਂ ਤੋਂ ਹੁਣ ਨਿਭਦੀ ਜੀ ਨਹੀਂ ਚਾਚਾ ਤੂੰ ਹੋ ਕਰ ਲੈ ਬੰਦਾ ਓਏ ਮੈਨੂੰ ਪਤਾ ਆ ਜਿਹੜੇ ਤੂੰ ਚਲੇਤਰ ਜੇ ਕਰਦੇ ਨਾ ਤੈਨੂੰ ਪੈਸੇ ਦੀ ਲੋੜ ਹੋਣੀ ਤਾਂ ਪਾਰਟੀ ਪੂਟੀ ਕਰਨੀ ਹੋਣੀ ਆਪਣੇ ਜਾਰਾ ਬੈਲੀਆਂ ਨਾਲ ਉਹ ਕੋਲ ਲੈ ਦੱਸ ਕਿੰਨੇ ਪੈਸੇ ਦੇਣੇ ਉਹ ਨਹੀਂ ਚਾਚਾ ਪੈਸਿਆਂ ਦੀ ਤਾਂ ਤੈਨੇ ਘਾਟ ਨਹੀਂ ਛੱਡੀ ਜਦੋਂ ਕਿਹਾ ਉਦੋਂ ਦਿੱਤੇ ਨੇ ਤੈਨੇ ਪੈਸੇ ਪਰ ਹੁਣ ਛੱਲ ਛੱਡ ਉਹ ਸ਼ੇਰ ਗੱਲ ਦੱਸ ਕੀ ਹੈ ਕੀ ਗੱਲ ਹੋ ਗਈ ਪੁੱਤ ਦੱਸ ਮੈਨੂੰ ਚਾਚਾ ਕੋਈ ਗੱਲ ਨਹੀਂ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਬਸ ਨਾ ਕਰੀਏ ਤਾਂ ਚੰਗਾ ਹੁੰਦਾ ਭਲਾ ਹੁੰਦਾ ਚੱਲ ਠੀਕ ਆ ਓਏ ਤੂੰ ਗੱਲ ਤਾਂ ਸੁਣ ਓਏ ਲੈ ਹੈ ਦੱਸ ਇਹਨੂੰ ਕਮਲੇ ਨੂੰ ਕੀ ਹੋ ਗਿਆ ਤਾਂ ਚੰਗਾ ਭਲਾ ਸੀ ਮੈਨੂੰ ਲੱਗਦਾ ਪਿੰਡ 'ਚ ਕਿਸੇ ਨੇ ਕੁਛ ਕਹਿਤਾ ਪਰ ਇਹ ਤਾਂ ਕੋਰੀ ਜਵਾਬ ਦੇ ਗਿਆ ਹੁਣ ਕੀ ਬਣੂ ਯਾਰ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਜਵਾਕਾਂ ਵਾਂਗੂ ਤਾਂ ਤੈਨੂੰ ਮੈਂ ਪਾਲਿਆ ਹੁਣ ਤੂੰ ਕਹਿੰਦਾ ਮੇਰਾ ਸਾਰ ਲੈ ਤੂੰ ਉਹ ਨਾ ਨਾ ਪੁੱਤ ਤੇਰੇ ਬਿਨਾ ਮੈਨੂੰ ਸਰਨਾ ਔਖਾ ਹੋ ਜੂ ਚੱਲ ਘਰੇ ਜਾ ਕੇ ਦੇਖਦਾ ਨਾ ਬਲਜੀਤ ਮੈਂ ਨਹੀਂ ਪੀਣਾ ਕੀ ਹੋ ਗਿਆ ਇਹ ਟੈਨਸ਼ਨ ਨਹੀਂ ਸੀ ਕਿਵੇਂ ਹੋ ਉਹ ਯਾਰ ਕੀ ਦੱਸਾਂ ਤੈਨੂੰ ਮੈਂ ਹਾਂ ਮੈਨੂੰ ਤਾਂ ਕੋਈ ਗੱਲ ਸਮਝ ਹੀ ਨਹੀਂ ਆ ਰਹੀ ਆ ਜਿੰਦਰ ਨੂੰ ਇਹਨੂੰ ਪਤਾ ਨਹੀਂ ਕੀ ਹੋ ਗਿਆ ਕਹਿੰਦਾ ਮੈਂ ਨਹੀਂ ਗੱਲ ਤੂੰ ਕੰਮ ਤੇ ਆਉਂਦਾ ਜਵਾਬ ਦੇ ਗਿਆ ਉਹ ਅੱਛਾ ਨਾ ਪਤੰਦਰ ਦਾ ਕੋਈ ਗੱਲ ਦੱਸ ਕੇ ਗਿਆ ਗੱਲ ਕੀ ਹੋਈ ਹੈ ਮੈਂ ਬਥੇਰਾ ਜ਼ੋਰ ਲਾਇਆ ਉਹ ਮੈਨੂੰ ਘੱਟੋ ਘੱਟ ਗੱਲ ਦਾ ਦੱਸ ਜਾ ਕਹਿੰਦਾ ਚਾਚਾ ਗੱਲ ਕੋਈ ਨਹੀਂ ਪਰ ਮੈਂ ਆਉਣਾ ਵੀ ਨਹੀਂ ਹੁਣ ਯਾਰ ਦੇਖ ਲੈ ਕਿੰਨਾ ਔਖਾ ਹੋਇਆ ਹੋਜੂਗਾ ਉਹ ਚੱਲ ਆ ਜੂਗਾ ਕਿਉਂ ਟੈਨਸ਼ਨ ਲਈ ਹੈ ਮੈਂ ਉਹ ਨਹੀਂ ਪਹਿਲਾਂ ਮੈਨੂੰ ਵੀ ਲੱਗਦਾ ਸੀ ਵੀ ਮਜ਼ਾਕ ਕਰਦਾ ਕਈ ਵਾਰੀ ਹੱਸਣ ਖੇਡਣ ਦੀ ਆਦਤ ਹੈ ਉਹਦੀ ਹੱਸ ਖੇਡ ਲੈਂਦਾ ਪਰ ਨਹੀਂ ਹੁਣ ਨਹੀਂ ਮੈਨੂੰ ਲੱਗਦਾ ਉਹ ਆਊਗਾ ਚੱਲ ਤੁਸੀਂ ਪਾਣੀ ਪੀਓ ਕੋਈ ਨਹੀਂ ਮੈਂ ਦੱਸਦੀ ਤੁਹਾਨੂੰ ਉਹ ਕਾਹਤੋਂ ਨਹੀਂ ਆਉਂਦਾ ਅੱਛਾ ਤੈਨੂੰ ਦੱਸ ਕੇ ਗਿਆ ਤੂੰ ਐਂ ਕਰ ਮੈਨੂੰ ਛੇਤੀ ਛੇਤੀ ਗੱਲ ਦੱਸ ਕੀ ਕਹਿੰਦੀ ਗਾ ਤੈਨੂੰ
क्यों इन्ने टेंशन च होए पए हो? वो पता की सीगे? हाँ। मैं ना उन्हें पूछन दी मारी ने कुछ थोड़ा जा ਉਹਨੂੰ ਮਿੱਠੀ ਪੈਰੀ ਜਿਹੀ ਹੋ ਕੇ ਨਾ ਪੁੱਛਣ ਦੀ ਕੋਸ਼ਿਸ਼ ਕੀਤੀ। ਉਹ ਪੈਣ ਦੇ ਯਾਰ ਦੀ ਮੈਂ ਤੈਨੂੰ ਕਿੰਨੇ ਵਾਰੀ ਸਮਝਾਇਆ ਵੀ ਉਹ ਇਹੋ ਜਿਹਾ ਬੰਦਾ ਹੈ ਨਹੀਂ। ਉਹ ਐਡਾ ਕੁ ਹੁੰਦਾ ਸੀ ਛੋਟਾ ਜਿਹਾ, ਉਹਦੇ ਜਦੋਂ ਮਾਂ ਬਾਪ ਮਰ ਗਏ ਤੇ ਆਪਾਂ ਨੇ ਜਵਾਕਾਂ ਵਾਂਗੂ ਤਾਂ ਪਾਲਿਆ ਹੈ। ਛੋਟੇ ਹੁੰਦੇ ਹੀ ਆਪਣੇ ਕੰਮ ਕਾਰ ਕਰਦਾ, ਨਾਲੇ ਆਪਾਂ ਨੇ ਕਦੇ ਉਹਦੇ ਨਾਲ ਫਰਕ ਰੱਖਿਆ? ਤੂੰ ਉਹੀ ਭੈਣ ਦੇ ਦਾਗ ਤੇਰੇ ਮਾੜੀ ਮੱਤ ਵਾਲੀ ਏ ਹੈ। ਕੀ ਕਿਹਾ ਤੂੰ ਜਵਾਕ ਨੂੰ? ਬਸ ਮੈਂ ਕੁਛ ਨੀ ਕਿਹਾ, ਐਵੇਂ ਨਾ ਟੈਨਸ਼ਨ ਲਵੋ। ਕਿਹੜੀ ਟੈਨਸ਼ਨ ਨਾ ਲਓ ਹੈ, ਉਹ ਦੇਖ ਲੈ। ਚੱਲ ਫਿਰ ਮੈਂ ਕਿਹੜਾ ਤਾਂ ਗੋਲੀ ਮਾਰਤੀ। ਉਹ ਤੈਨੂੰ ਮੈਂ ਜਦੋਂ ਕਿਹਾ ਦੀ ਉਹ ਤੈਨੂੰ ਯਕੀਨ ਨਹੀਂ ਆਇਆ ਮੇਰੀ ਗੱਲ ਤੇ? ਆਏ ਓਏ ਹੁਣ ਦੱਸ ਕੀ ਕਰਾਂ ਮੈਂ ਇਹਨੂੰ? ਕੋਈ ਨਾ ਆਜੂਗਾ, ਆਪਾਂ ਲੈ ਆਵਾਂਗੇ ਕੋਈ ਨਾ। ਓਏ ਨਹੀਂ ਆਉਂਦਾ ਉਹ। ਤੁਸੀਂ ਰੋਟੀ ਖਾਣੀ ਹੈ? ਰੋਟੀ ਰੋਟੀ ਲੱਗਦੀ ਹੈ ਮੇਰੇ? ਐਡੀ ਕਿੱਡੀ ਕੁ ਗੱਲ ਹੋਊਗੀ, ਕਿੰਨਾ ਕੁ ਕੰਮ ਹੈਗਾ ਜੇ ਅੱਜ ਤੁਸੀਂ ਇਕੱਲੇ ਕਰ ਲਓਗੇ ਕੋਈ ਨਾ ਆਜੂਗਾ। ਓਏ ਤੂੰ ਬਾਈ ਜਾ ਓਏ, ਮੇਰੀ ਅੱਖਾਂ ਤੋਂ ਪੂਰਾ ਹੋਇਆ ਰੱਬਾ। ਮੇਰਾ ਵੀ ਕਿੰਨਾ ਦਿਮਾਗ ਖਰਾਬ ਹੈ, ਮੈਂ ਵੀ ਉਹਦੇ ਨਾਲ ਆਈ ਜਾਂਦੀ ਸੀ। ਲੈ ਮੇਰੇ ਤੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ, ਉਧਰੋਂ ਇਹ ਵੀ ਲੜਦਾ ਮੇਰੇ ਨਾਲ, ਉਧਰੋਂ ਸੀਰੀ ਨੂੰ ਵੀ ਪਵਾ ਲਿਆ ਹੱਥ। ਚੱਲ ਕਰਦੀ ਆਉਣ ਲੱਗੇ ਮੈਂ ਮਿੱਠੀ ਪਿਆਰੀ ਹੋ ਕੇ ਗੱਲ, ਹੁਣ ਉਦੋਂ ਵੀ ਜ਼ਿਆਦਾ ਗਾਲਾਂ ਪੈਣ ਗਈਆਂ ਨੇ ਕਹਿਣਾ। ਤੂੰ ਵੀ ਗਲਤੀ ਕੀਤਾ ਵੀ ਮੈਂ ਤਾਂ ਤੈਨੂੰ ਕਹੀ ਜਾਂਦਾ ਸੀ ਉਹ ਹੈ ਨਹੀਂ ਇਹੋ ਜਿਹਾ, ਪਰ ਸੱਚੀ ਨਹੀਂ ਵਿਚਾਰਾ ਇਹੋ ਜਿਹਾ, ਮੇਰੀ ਗਲਤੀ ਸੀ। ਸੌ ਗਏ? ਹਾਂ ਕੀ ਹੈ? ਮੇਰੀ ਗੱਲ ਸੁਣਿਓ, ਹੁਣ ਕੀ ਰਹਿ ਗਿਆ ਸੁਣਾਉਣ ਨੂੰ ਤੇਰਾ? ਟੌਪਸ ਮਿਲ ਗਿਆ। ਟੌਪਸ ਮਿਲ ਗਿਆ? ਕਿੱਥੇ ਮਿਲਿਆ? ਫ੍ਰਿਜ ਦੇ ਥੱਲੇ ਡਿੱਗਿਆ ਪਿਆ ਸੀ ਨਾ। ਹੁਣ ਹੁਣ ਤੇ ਮਰਾਂ ਮੈਂ ਕਤਲੇ ਚ ਮੇਰੇ ਸੌਲਕਣੇ ਦੀ। ਤੈਨੂੰ ਮੈਂ ਕਿੰਨਾ ਸਮਝਾਇਆ ਸੀ ਵੀ ਇੱਥੇ ਪਿਆ ਹੋਊਗਾ? ਕਹਿੰਦੀ ਨਾ ਜੀ ਜਿੰਦਰ ਲੈ ਗਿਆ ਹੋਊਗਾ। ਆਹ ਦੇਖ ਲੈ ਤੇਰਾ ਖਾਸਮ ਕਿੱਥੇ ਪਿਆ ਦੀ। ਗਲਤੀ ਹੋ ਗਈ ਮੇਰੇ ਤੋਂ ਵੀ। ਚਲ ਕੋਈ ਨੀ, ਆਪਾਂ ਹੁਣ ਉਹਨੂੰ ਨਾ ਵਡਿਆਪ ਲੋਕ ਲੈ ਆਵਾਂਗੇ। ਉਹ ਬਲਜੀਤ ਇਹ ਗਲਤੀ ਇਕੱਲੀ ਤੇਰੇ ਕੋਲੋਂ ਨਹੀਂ ਹੋਈ, ਆਪਾਂ ਸਾਰੇ ਲੋਕ ਐਵੇਂ ਤਾਂ ਕਰਦੇ ਹਾਂ। ਜਦੋਂ ਆਪਣੇ ਘਰੇ ਜਾਂ ਕਿਸੇ ਦੁਕਾਨ 'ਤੇ ਚੋਰੀ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਸ਼ੱਕ ਆਪਣੇ ਨੌਕਰਾਂ ਚਾਕਰਾਂ ਦੀ ਹੀ ਕਰਦੇ ਹਾਂ, ਆਪਣੀਆਂ ਗਲਤੀਆਂ ਨੂੰ ਲੁਕੋ ਲੈਂਦੇ ਆਪਾਂ। ਚੱਲ ਹੁਣ ਜਿਹੜਾ ਕੁਛ ਹੋਣਾ ਸੀ ਹੋ ਗਿਆ, ਐਂ ਕਰ ਆਪਾਂ ਜਿੰਦਰ ਨੂੰ ਲੈ ਕੇ ਆਈਏ ਆਪਣੇ ਘਰੇ ਅਤੇ ਆਪਣੀ ਗਲਤੀ ਮੰਨੀ ਉਹ। ਚਲੋ ਚੱਲ, ਸ਼ੁਕਰ ਹੈ।